वाहेगुरु जी का खालसा, वाहेगुरु जी के फतेह। ਬੱਚਿਓ ਅਤੇ ਆਪ ਜੀ ਜੋ ਅਕਾਲ ਚੈਨਲ ਨੂੰ ਦੇਖਦੇ ਹੋ, ਸਾਡੀ ਪੰਜਾਬੀ ਕਲਾਸ ਨੂੰ ਦੇਖਦੇ ਹੋ, ਆਪ ਜੀ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਆਪ ਆਪਣੇ ਘਰਾਂ ਵਿੱਚ ਤੁਸੀਂ ਬੜੇ ਖੁਸ਼ ਹੋਵੋਗੇ ਅਤੇ ਖੁਸ਼ੀ ਦੇ ਨਾਲ ਇਹ ਪ੍ਰੋਗਰਾਮ ਵੀ ਦੇਖੋਗੇ ਕਿਉਂਕਿ ਖਾਸ ਕਰ ਜਿਹੜੇ ਆਹ ਦਿਨ ਹਨ ਵਿਸਾਖੀ ਦੇ ਨੇੜੇ ਤੇੜੇ, ਅਪ੍ਰੈਲ ਦੇ ਮਹੀਨੇ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਮੌਸਮ ਵੀ ਸੁਹਾਵਣਾ ਹੋ ਚੁੱਕਾ ਹੈ ਅਤੇ ਬੱਚਿਓ ਆਪਾਂ ਆਪਣੀ ਹਾਜ਼ਰੀ ਲਵਾਈਏ। ਕੀ ਨਾਮ ਹੈ ਜੀ ਤੁਹਾਡਾ? ਰਵਦੀਪ ਕੌਰ। ਹਾਂਜੀ। ਜਸਲੀਨ ਕੌਰ। ਹਾਂਜੀ। ਬਲਜਿੰਦਰ ਸਿੰਘ। ਬਰੂਨੋ ਬਰੂਨੋ ਪ੍ਰਿੰਸ ਸਿੰਘ, ਕਿਉਂਕਿ ਬਰੂਨੋ ਪ੍ਰਿੰਸ ਸਿੰਘ ਭੁੱਲ ਗਿਆ ਕਿ ਅੱਜ ਉਹਨੇ ਕਹਿਣਾ ਸੀ ਮੇਰਾ ਨਾਮ ਬਰੂਨੋ ਪ੍ਰਿੰਸ ਸਿੰਘ ਹੈ, ਹੀ ਫੋਰਗੋਟ ਟੂ ਸੇ ਦੈਟ ਵੇ। ਬਰੂਨੋ ਸਿੰਘ, ਲੁੱਕ ਐਟ ਮੀ, ਦੈਟਸ ਗੁੱਡ। ਚਲੋ ਅੱਜ ਬੱਚਿਓ ਆਪਾਂ ਜਿਸ ਤਰ੍ਹਾਂ ਪਹਿਲਾਂ ਉੜੜਾ ਸਾਰਾ ਲਿਖਿਆ ਆ, ਆਪਾਂ ਨੂੰ ਫਿਰ ਵਾਰ ਵਾਰ ਯਾਦ ਦਿਲਾਉਣ ਲਈ ਆਪਾਂ ਲਿਖ ਦਿੰਦੇ ਹਾਂ। ਥੱਲੇ ਥੋੜ੍ਹੇ ਜਿਹੇ ਸਾਈਨਸ ਜਿਹੜੇ ਆ ਉਹਨਾਂ ਦੀਆਂ ਸਿਹਾਰੀ ਬਿਹਾਰੀ ਆਪਾਂ ਲਗਾ ਮਾਤਰਾ ਲਿਖੀਆਂ ਹੋਈਆਂ ਪੰਜਾਬੀ ਦੀਆਂ, ਅਤੇ ਉਮੀਦ ਆ ਬੱਚਿਆਂ ਨੇ ਸਿੱਖਿਆ ਆ। ਅਤੇ ਇਹ ਵੀ ਲੱਗਦਾ ਆ, ਅਸੈਸਮੈਂਟ ਹੈਗੀ ਕਿ ਬੱਚਿਆਂ ਨੇ ਅਜੇ ਪੂਰੀ ਤਰ੍ਹਾਂ ਸਾਰਾ ਕੁਝ ਨਹੀਂ ਸਿੱਖਿਆ ਕਿਉਂਕਿ ਇਹਨਾਂ ਦੀ ਉਮਰ ਛੋਟੀ ਆ ਅਤੇ ਸਕੂਲ ਵਿੱਚ ਵੀ ਪੜ੍ਹਦੇ ਆ ਆਪਣੇ ਆਪਣੇ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ। ਇਟਲੀ ਵਾਲੇ ਸਾਡੇ ਬੱਚੇ ਜਿਹੜੇ ਆ ਉਹ ਇਟਾਲੀਅਨ ਸਕੂਲਾਂ ਵਿੱਚ ਜਾਂਦੇ ਆ, ਇਟਾਲੀਅਨ ਸਿੱਖਦੇ ਆ, ਜ਼ਿਆਦਾਤਰ ਇਟਾਲੀਅਨ ਵਿੱਚ ਸਿੱਖਦੇ, ਨਾਲ ਇੰਗਲਿਸ਼ ਵੀ ਸਿੱਖਦੇ ਹੋਣਗੇ, ਅਤੇ ਘਰਾਂ ਵਿੱਚ ਜਾਂ ਗੁਰਦੁਆਰਿਆਂ ਵਿੱਚ ਪੰਜਾਬੀ ਸਿੱਖਦੇ ਆ ਅਤੇ ਨਾਲ ਸਾਡੇ ਅਕਾਲ ਚੈਨਲ ਤੋਂ ਪੰਜਾਬੀ ਸਿੱਖਦੇ ਆ ਅਤੇ ਹੋਰ ਵੀ ਬਹੁਤ ਕੁਛ ਹੈ ਇੰਟਰਨੈਟ ਉੱਪਰ, ਬੱਚਿਓ ਤੁਸੀਂ ਹੈਲਪ ਲੈ ਸਕਦੇ ਹੋ। ਚਲੋ ਜੀ, ਆਪ ਜੀ ਦਾ ਦਾਸ ਗੁਰਸ਼ਰਨ ਸਿੰਘ, ਆਪਾਂ ਫਿਰ ਪੜ੍ਹਨਾ ਸ਼ੁਰੂ ਕਰੀਏ। ਐਵਰੀਬਾਡੀ ਰੈਡੀ? ਯੈਸ। ਹੈਪੀ? ਯੈਸ। ਸੱਚੀ? ਦੈਟਸ ਗੁੱਡ। ਅੱਛਾ, ਆਪਾਂ ਨਾ ਇੰਗਲਿਸ਼ ਵਿੱਚ ਕੁਛ ਨੇਮ ਲਿਖੇ ਆ ਅਤੇ ਉਹਨੂੰ ਪੰਜਾਬੀ 'ਚ ਲਿਖਣਾ ਆ, ਆਪਾਂ ਹੈੱਡ ਸਿਰ ਇਸੇ ਤਰ੍ਹਾਂ ਆਪਾਂ ਅਗਲੇ ਐਪੀਸੋਡ ਵਿੱਚ ਵੀ ਜਾਣਾ ਫਿਰ, ਅਤੇ ਉਹਨਾਂ ਵਿੱਚ ਆਪਾਂ ਕਲਰਸ ਦੇ ਨਾਮ ਲਿਖਾਂਗੇ। ਹਾਂਜੀ, ਕਲਰ ਸਿੱਖਾਂਗੇ, ਫਿਰ ਉਸ ਤੋਂ ਬਾਅਦ ਅੱਗੇ ਚੱਲਦੇ ਚੱਲਦੇ ਤੁਸੀਂ ਦੇਖਿਓ ਗ੍ਰਾਮਰ ਵੀ ਆਪਾਂ ਸਿੱਖਣੀ ਆ ਬਹੁਤ ਵਧੀਆ ਤਰੀਕੇ ਨਾਲ ਇਸ ਕਲਾਸ ਨੂੰ ਜਾਰੀ ਰੱਖਦੇ ਹੋਏ, ਅਤੇ ਉਮੀਦ ਹੈ ਕਿ ਤੁਸੀਂ ਇੱਥੋਂ ਕੁਝ ਸਿੱਖੋਗੇ ਕਿਉਂਕਿ ਇੱਥੋਂ ਆਪਾਂ ਗੁਰਬਾਣੀ ਵੀ ਸਿੱਖਣੀ ਆ ਬੱਚਿਆਂ ਨੂੰ, ਜਪੁਜੀ ਸਾਹਿਬ ਤੱਕ ਵੀ ਸਿਖਾਉਣ ਦੀ ਸਾਡੀ ਕੋਸ਼ਿਸ਼ ਰਹੇਗੀ ਆਪ ਜੀ ਦੇ ਸਹਿਯੋਗ ਦੇ ਨਾਲ। ਸਾਨੂੰ ਮੈਸੇਜ ਕਰਿਆ ਕਰੋ, ਕੋਲ ਵੀ ਕਰੋ, ਸਾਨੂੰ ਦੱਸੋ ਕਿ ਸਾਡੀ ਕਲਾਸ ਕਿਸ ਤਰ੍ਹਾਂ ਲੱਗਦੀ ਹੈ। ਹਾਂਜੀ ਬੱਚਿਓ, ਚਲੋ ਜੀ, ਹੈੱਡ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ? ਸਿਰ। ਤੁਹਾਡਾ ਸਿਰ ਹੈਗਾ ਤੁਹਾਡੇ ਕੋਲ? ਹਾਂਜੀ ਹਾਂਜੀ। ਮੈਂ ਸੋਚਿਆ ਤੁਸੀਂ ਘਰ ਤਰ੍ਹਾਂ ਰੱਖ ਕੇ ਆ ਗਏ। ਕੈਨ ਸਮਬਡੀ ਡੂ ਦਿਸ ਵੇ ਬਰੂਨੋ? ਕੈਨ ਸਮ ਪੀਪਲ ਲੀਵ ਦੇ ਹੈੱਡ ਐਟ ਹੋਮ ਔਰ ਦੇ ਕੈਨ ਗੋ ਟੂ ਮਾਰਕੀਟ ਔਰ ਸਮਥਿੰਗ? ਨੋ, ਦਿਸ ਇਜ਼ ਨੋਟ ਪੋਸੀਬਲ, ਨੈਵਰ ਟਰਾਈ ਟੂ ਡੂ ਦੈਟ, ਓਕੇ? ਨੈਵਰ ਲੀਵ ਯੂ ਹੈੱਡ ਐਟ ਹੋਮ, ਠੀਕ ਹੈ? ਕਦੇ ਵੀ ਆਪਣਾ ਸਿਰ ਨਹੀਂ ਘਰ ਰੱਖ ਕੇ ਜਾਣਾ, ਕਿਉਂ ਆਪਾਂ ਕਰ ਨਹੀਂ ਸਕਦੇ, ਹੈ ਨਾ? ਠੀਕ ਹੈ, ਸਿਰ ਦੇ ਸਪੈਲਿੰਗ ਕੀ ਹੋਏ ਫਿਰ ਪੰਜਾਬੀ? ਹਾਂਜੀ, ਸੇ ਕਿਹੜੀਆਂ ਸਾਊਂਡ ਆਉਂਦੀਆਂ, ਕਿੰਨੀਆਂ ਸਾਊਂਡ? ਹਾਊ ਮੈਨੀ ਸਾਊਂਡ ਵੀ ਗੈਟ ਵੈਨ ਵੀ ਰਾਈਟ ਸਿਰ? ਜਸਮੀਨ, ਓਕੇ, ਵਿਚ ਵਨਸ? ਟੂ। ਸਹਾਰੀ? ਨੋ 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 ਨੋ, ਆਈ ਨੋ ਸਹਾਰੀ, ਗੁੱਡ। ਸਾਊਂਡਸ ਕਿੰਨੀਆਂ ਆਈਆਂ? ਟੂ। ਲੁੱਕ ਬਰੂਨੋ, ਬਰੂਨੋ, ਹਾਊ ਮੈਨੀ ਸਾਊਂਡਸ ਵੀ ਗੈਟ ਵੈਨ ਵੀ ਸੇ ਸਿਰ? ਥ੍ਰੀ। ਸੋ ਵਾਈ ਸੇਇੰਗ ਥ੍ਰੀ? ਓਕੇ, ਵਟ ਸਾਊਂਡਸ ਆਰ ਦੇ ਦੈਨ? ਰਜਿੰਦਰ, ਸਸਾ? ਨੋ ਬੇਟਾ, ਸਾਊਂਡਸ ਬੋਲ ਸੋਹਣੇ, ਜਿੱਦਾਂ ਆਪਾਂ ਬੋਲਿਆ ਸਿਰ, ਸਾਊਂਡ ਸਪਲਿਟ ਦ ਸਾਊਂਡ, ਸੇ ਵਨ ਸਾਊਂਡ ਇਜ਼ ਜਸਲੀਨ ਕੀ ਆ? ਸੇ। ਦੈਨ ਰ, ਫਿਰ ਕਿੰਨੀਆਂ ਸਾਊਂਡਸ ਆ ਬਰੂਨੋ? ਲੁੱਕ ਲੁੱਕ, ਹਾਊ ਮੈਨੀ ਸਾਊਂਡਸ ਵੀ ਗੈਟ ਇਨ ਲੈਟਰ ਇਨ ਵਰਡ ਸਿਰ? ਟੂ। ਵਟ ਆਰ ਦੇ? ਯਾ ਐਂਡ ਦ ਏਅਰ, ਰ, ਯਾ, ਦੈਟਸ ਇਟ, ਸਿਰ, ਗੁੱਡ, ਵੈਲ ਡਨ। ਫਿਰ ਆਹ ਸਿਰ ਸਹੀ ਲਿਖਿਆ ਆ? ਮੈਂ ਇਨਕੰਪਲੀਟ ਲਿਖਿਆ ਆ ਕਿਉਂਕਿ ਬੱਚਿਆਂ ਨੂੰ ਥੋੜ੍ਹੀ ਹੈਲਪ ਹੋਊਗੀ ਅਤੇ ਸਹੀ ਕਰਕੇ ਲਿਖਣਗੇ। ਕੀ ਇੱਥੇ ਪਾਉਣਾ ਆ? ਸਿਹਾਰੀ ਬੇਟਾ, ਸਿਹਾਰੀ ਜਿਹੜੀ ਆ ਲੌਂਗ ਸਾਊਂਡ ਆ ਕਿ ਸ਼ੋਰਟ? ਲੌਂਗ, ਸ਼ੋਰਟ, ਸ਼ੋਰਟ। ਬਲਜਿੰਦਰ ਸਿੰਘ ਕਹਿੰਦਾ ਲੌਂਗ, ਸ਼ੋਰਟ। ਬਲਜਿੰਦਰ, ਟੈਲ ਮੀ, ਸ਼ੋਰ, ਆਰ ਯੂ ਸ਼ੋਰ? ਸ਼ੋਰਟ ਆ, ਓਕੇ, ਐਗਜ਼ਾਮਪਲ ਦੇ, ਗਿਵ ਮੀ ਐਗਜ਼ਾਮਪਲ। ਸੇ ਲਾਈਕ ਦਿਸ, ਸੇ, ਬਿਕੋਜ਼ ਇਟਸ ਨੋਟ ਸੇ, ਇਟਸ ਨੋਟ ਸੀ, ਇਟਸ ਲਾਈਕ ਸਿਰ, ਸਿਰ, ਹੈ ਨਾ? ਗੁੱਡ। ਅੱਛਾ, ਸ਼ੋਲਡਰਸ ਨੂੰ ਕੀ ਕਹਿੰਦੇ ਪੰਜਾਬੀ 'ਚ? ਮੋਢੇ। ਮੋਢੇ, ਥੋੜ੍ਹਾ ਜਿਹਾ ਹੈਚ ਦੀ ਸਾਊਂਡ ਆਉਂਦੀ, ਦੈਟਸ ਵਾਈ ਢੱਡਾ ਲਿਖਿਆ ਆ, ਮੋਢੇ, ਠੀਕ ਹੈ? ਅਤੇ ਨੀਜ਼ ਨੂੰ ਕੀ ਕਹਿੰਦੇ ਪੰਜਾਬੀ ਵਿੱਚ?
ਗੋਡੇ ਲੱਤਾਂ ਬੇਟਾ ਥਾਈਜ਼ ਹੁੰਦੀਆਂ ਨਾ ਲੈਗਸ ਲੱਤਾਂ ਲੈਗਸ ਹੁੰਦੀਆਂ ਠੀਕ ਆ ਥਾਈਜ਼ ਹੁੰਦੇ ਪੱਟ ਜਿਹਨੂੰ ਕਹਿੰਦੇ ਗੋਡੇ ਗੋਡਿਆਂ ਨੂੰ ਗੋਡਿਆਂ ਵਿੱਚ ਕਿੰਨੀ ਕੀ ਸਾਊਂਡ ਆਉਂਦੀ ਆ ਗੋਡੇ ਹਾਊ ਮੈਨੀ ਸਾਊਂਡਸ ਬਰੂਨੋ ਲੁੱਕ ਐਟ ਮੀ ਪਲੀਜ਼ 2 ਬਰੂਨੋ ਵੈਨ ਵੀ ਸੇ ਗੋਡੇ ਹਾਊ ਮੈਨੀ ਸਾਊਂਡਸ ਯੂ ਗੈਟ ਇਨ ਦਿਸ ਵਰਲਡ ਗੋਡੇ No, that's not clear. Haanji. Two sounds. What are they? Go. Go. Day. Look plus go plus day. Yeah? Go. Go day. Shabash. So, eh ban gaya gagge nu hoda. Aap padh ke sunao ki hai sign bolo. Gagge nu. Hoda. Dadde nu. Lawa. Very good. Ki ban gaya? Go day. Te toes nu ki kehne haan? Jaan Punjabi ja apan nu kehne pub vi keh sakde haan. Pair. Jaan. Pair. Pair. How many sounds we get when we say pair? Bruno Singh, look at me. Two. When we say pair. Pair mean ki hunda? Feet. Yeah? Two. Stinky feet. Stinky feet ni hunde? No. Not necessary. If we clean them, they won't be stinky. Okay? Okay. Stink nu Punjabi ki kehne hai? Stink nu? Mushk. Ki kehne hai? Mushk. ਮੁਸ਼ਕੇ ਪੈਰ ਥੋੜ੍ਹਾ ਆਪਣੇ ਆਪਾਂ ਪੈਰ ਧੋ ਕੇ ਰੱਖਣੇ ਆ ਆਹ ਵੀ ਗੱਲ ਵਧੀਆ ਦੱਸੀ ਆ ਗੁਰੂ ਨੇ ਸਾਰੇ ਆਪਾਂ ਆਪਣੇ ਪੈਰ ਧੋ ਕੇ ਜਿਹੜੀਆਂ ਜਰਾਬਾਂ ਆ ਇੰਗਲਿਸ਼ ਜਰਾਬਾਂ ਨੂੰ ਕੀ ਕਹਿੰਦੇ ਸੌਕਸਿਸ ਸੋ ਜਿਹੜੀਆਂ ਸੌਕਸਿਸ ਆ ਸ਼ੁੱਡ ਵੀ ਵੀਅਰ ਸੇਮ ਸੌਕਸ ਅਗੇਨ ਐਂਡ ਅਗੇਨ ਨੋ ਕਲੀਨ ਦੈਮ ਐਵਰੀ ਡੇ ਚੇਂਜ ਯੋਰ ਪੁੱਟ ਦੈਮ ਇਨ ਦ ਵਾਸ਼ਿੰਗ ਠੀਕ ਹੈ ਵਾਸ਼ਿੰਗ ਨਹੀਂ ਤੇ ਪੈਰ ਖਰਾਬ ਹੁੰਦੇ ਚਲੋ ਸ਼ਾਬਾਸ਼ ਅੱਗੇ ਬੱਚੋ ਆ ਕੀ ਆ ਇਹਨਾਂ ਨੂੰ ਕੀ ਕਹਿੰਦੇ ਇੱਧਰ ਦੇਖੋ ਸਾਰੇ ਮੇਰੇ ਵੱਲ ਆ ਕੀ ਆਪਣੀਆਂ ਬਰੂਨੋ ਵਾਟ ਆਰ ਦੀਸ ਅੱਖਾਂ ਪੰਜਾਬੀ ਚ ਵਾਟ ਵੀ ਸੇ ਇਨ ਪੰਜਾਬੀ ਅੱਖ ਵਨ ਇਜ਼ ਅੱਖ ਐਂਡ ਟੂ ਅੱਖਾਂ ਅੱਖਾਂ ਸੋ ਹਾਊ ਵੀ ਰਾਈਟ ਡਾਊਨ ਅੱਖਾਂ ਯੂ ਟੈਲ ਮੀ ਬਲਜਿੰਦਰ ਹਾਊ ਵੀ ਕੈਨ ਰਾਈਟ ਡਾਊਨ ਅੱਖਾਂ ਵਾਟ ਇਜ਼ ਇਨਕੰਪਲੀਟ ਹੇਅਰ ਤੁਸੀਂ ਵੀ ਦੇਖੋ ਜੀ ਆ ਮੈਂ ਲਿਖਿਆ ਐੜਾ ਖੱਕੇ ਕਨਖਾ ਇਹ ਕੀ ਬਣ ਗਿਆ ਅੱਖਾਂ ਇਹ ਕੀ ਆ ਅੱਖਾਂ ਬਾਬੂ ਕਹਿੰਦਾ ਡੂ ਅੱਖਾਂ ਪਹਿਲਾਂ ਚਾਹੀਦਾ ਅ ਵਾਟ ਵੀ ਡੂ ਵੈਨ ਵੀ ਗੋਟ ਸਾਊਂਡ ਲਾਈਕ ਅ ਅੰਕਲ ਹੈਂ ਅੰਕਲ ਦੇਖ ਲਓ ਜੇ ਮੇਰੇ ਬੱਚੇ ਪੂਰੇ ਸਹੀ ਨਹੀਂ ਹੈਗੇ ਕਦੇ ਕਦੇ ਬੋਲਦੇ ਆ ਕਿਉਂਕਿ ਪੜ੍ਹਦੇ ਨਹੀਂ ਘਰੇ ਚੰਗੀ ਤਰ੍ਹਾਂ ਛੁੱਟੀਆਂ ਸੀ ਨਾ ਅੰਕਲ ਦੀ ਸਾਊਂਡ ਕੀ ਹੁੰਦੀ ਹੈ ਜੀ ਉਹ ਮੈਂ ਕੀ ਕਿਹਾ ਮੈਂ ਉੱਖਾਂ ਕਿਹਾ ਕਿ ਅੱਖਾਂ ਅ ਅੱਖਾਂ ਆਰ ਯੂ ਨਾਟ ਹੇਅਰ ਅੱਖਾਂ ਅ ਅ ਅਦਕ ਸਟ੍ਰੈਸ ਨਹੀਂ ਆਉਂਦੀ ਅੱਖਾਂ ਅੱਖਾਂ ਜਦੋਂ ਵੀ ਇਦਾਂ ਆਵਾਜ਼ ਆਊਗੀ ਨਾ ਅ ਦੀ ਆਵਾਜ਼ ਆਏ ਕਿਹਦੀ ਆਵਾਜ਼ ਆਈ ਸਾਰੇ ਬੋਲੋ ਇਕੱਠੇ ਅ ਕੀ ਬੋਲਦੇ ਆ ਬਰੂਨੋ ਲੁੱਕ ਐਟ ਮੀ ਪੁੱਟ ਯੋਰ ਹੈਂਡਸ ਡਾਊਨ ਆਮ ਟੀਚਿੰਗ ਸਮਥਿੰਗ ਬਰੂਨੋ ਬੋਲੋ ਅ ਖਾਂ ਸੋ ਵਟ ਸਾਊਂਡ ਕਮਿੰਗ ਨਾਓ ਵਟਸ ਮਿਸਿੰਗ ਹੇਅਰ ਆ ਆ ਕੰਨਾ ਆ ਕੰਨਾ ਤਾਂ ਮੈਂ ਲਾਇਆ ਆ ਅੱਖਾਂ ਆ ਨੱਕ ਚੋਂ ਆਵਾਜ਼ ਆਉਂਦੀ ਦੇਖੋ ਨੇਜ਼ਲ ਸਾਊਂਡ ਅੱਖਾਂ ਪ੍ਰਭਦੀਪ ਬੋਲੋ ਕੁਇਕਲੀ ਆਈ ਨੋ ਯੂ ਕਲੈਵਰ ਅੱਖਾਂ ਦ ਸਾਊਂਡ ਆਫ ਐਨ ਕਮਿੰਗ ਲਿਟਲ ਬਿਟ ਸਾਊਂਡ ਟਿੱਪੀ ਕੀ ਲਾਉਣੀ ਆ ਇਹ ਪੱਕਾ ਮਾਇੰਡ 'ਚ ਰੱਖੋ ਸਾਰੇ ਲਿਖੋ ਕਰੈਕਟ ਕਰੋ ਆਪਣਾ ਅੱਖਾਂ ਚਲੋ ਇੱਕ ਹੋਰ ਕਲੀਅਰ ਪਹਿਲਾਂ ਨਾ ਲਿਖੋ ਇੱਧਰ ਦੇਖੋ ਸੋਰੀ ਡੂ ਅਪੋਲੋਜਾਈਜ਼ ਪਹਿਲਾਂ ਨਾ ਲਿਖੋ ਇੱਧਰ ਦੇਖੋ ਮੇਰੇ ਹੁਣ ਲਿਖਣਾ ਆਪਾਂ ਈਅਰਸ ਕੀ ਹੁੰਦੇ ਆ ਕੰਨ 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 ਕਿਦਾਂ ਸਹੀ ਹੈ ਲਿਖਿਆ ਕੰਨ ਕਿ ਰੋਂਗ ਰੋਂਗ ਫਿਰ ਕੀ ਲਿਖਣਾ ਆਪਾਂ ਕੰਨ 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 ਆ ਦੇਖੋ ਕੰਨ ਇੱਥੇ ਨੱਕ 'ਚ ਸਾਊਂਡ ਆਉਂਦੀ ਆ ਫਿਰ ਕੀ ਹੋਇਆ ਆ ਕੀ ਆ ਟਿੱਪੀ ਕੰਨ ਦਿਸ ਇਜ਼ ਕੰਪਲੀਟ ਨਾਓ ਮੂੰਹ ਕਿੱਦਾਂ ਲਿਖਾਂਗੇ ਮੰਮਾ ਮੰਮੀ ਨੂੰ ਦੁਲੈਂਕੜ ਨਾਓ ਮੂੰਹ ਆਹ ਵੀ ਸਹੀ ਕਰੋ ਮੂੰਹ ਹੁਣ ਲਾਸਟ ਵਨ ਆਪੇ ਮੇਰੀ ਹੈਲਪ ਕਰੋ ਨੱਕ ਕਿਵੇਂ ਲਿਖਣਾ ਆ ਆਹ ਤਾਂ ਕੀ ਹੈ ਨੰਨਾ ਕੱਕਾ ਕੀ ਬਣਿਆ ਇਹ ਕੀ ਬਣਿਆ ਬਰੂਨੋ ਵਟ ਦਿਸ ਸਾਊਂਡ ਇਜ਼ ਬਰੂਨੋ ਲੁੱਕ ਐਟ ਮੀ ਪਲੀਜ਼ ਵਟ ਸਾਊਂਡ ਇਜ਼ ਦਿਸ ਨੱਕ ਇਹ ਕੀ ਬਣ ਗਿਆ ਨੱਕ ਨੱਕ ਵਾ ਵੀ ਨੀਡ ਨੱਕ ਆ ਆ ਅਗੇਨ ਆਮ ਸੇਇੰਗ ਵਟ ਸਾਊਂਡ ਵੀ ਨੀਡ ਆ ਆ ਨੋ ਕੰਨਾ ਇਜ਼ ਸਾਊਂਡ ਹਾਂ ਬਲਜਿੰਦਰ ਇਜ਼ ਗੁੱਡ ਕਲੈਪ ਕਰੋ ਬਲਜਿੰਦਰ ਲਈ ਸਾਰੇ ਸ਼ਾਬਾਸ਼ ਵੈਲ ਡਨ ਯੂ ਗੋਟ ਰਿਵਾਰਡ ਠੀਕ ਹੈ ਆਹ ਆਹ ਅਦਕ ਕੀ ਬਣ ਗਿਆ ਇਹ ਨੱਕ ਅਤੇ ਕੰਨਾ ਕੀ ਹੁੰਦਾ ਆਹ ਹੁੰਦਾ ਉਹਦਾ ਨਾ ਉਹ ਤਾਂ ਨਾਕ ਬਣ ਜਾਣਾ ਸੀਗਾ ਚਲੋ ਸਾਰੇ ਬੱਚਿਆਂ ਨੇ ਲਿਖ ਲਿਆ ਹੁਣ ਆਪਣਾ
ਬੋਲੋ ਸਾਰੇ ਇਕੱਠੇ, ਸਾਰੇ ਇਕੱਠੇ ਬੋਲੋ। ਫਿਰ ਆਪਾਂ ਤੁਹਾਨੂੰ ਇੱਕ ਥੋੜ੍ਹੀ ਜਿਹੀ ਨਾ ਬੱਚਿਆਂ ਦੀ ਗੇਮ ਦਿਖਾਉਂਦੇ ਹਾਂ, ਠੀਕ ਆ? ਤੁਹਾਨੂੰ ਇੱਕ ਗੇਮ ਦਿਖਾਵਾਂਗੇ ਕਿਵੇਂ ਬੱਚੇ ਸਾਰਾ ਇਹਨੂੰ ਇੱਕ ਸੌਂਗ ਬਣਾ ਸਕਦੇ ਆ, ਤੁਸੀਂ ਵੀ ਘਰੇ ਬਣਾ ਸਕਦੇ ਆ। ਇੱਦਾਂ ਬੈਠੇ ਬੈਠੇ ਬੋਲ ਕੇ ਦਿਖਾਓ ਪਹਿਲਾਂ ਕੀ ਆ, ਸਾਰੇ ਬੋਲੋ ਲਾਈਕ ਅ ਸੌਂਗ। ਪੰਜਾਬੀ ਵਿੱਚ ਦੇਖੋ, ਸਿਰ ਠੀਕ ਹੈ, ਸ਼ਾਬਾਸ਼, ਬਹੁਤ ਸੋਹਣਾ ਤੁਸੀਂ ਬੱਚਿਓ ਪੜ੍ਹਿਆ ਅੱਜ। ਅਤੇ ਆਪਾਂ ਜਦੋਂ ਗਾਂ ਫਿਰ ਅਗਲੇ ਐਪੀਸੋਡ ਮਿਲਣਾ ਆ, ਘਰੋਂ ਥੋੜ੍ਹੀ ਐਕਸਰਸਾਈਜ਼ ਕਰਕੇ ਆਉਣੀ ਆ, ਤੁਸੀਂ ਵੀ ਜੀ ਊੜਾੜਾ ਸਾਰਾ ਲਿਖੋ ਫਿਰ ਦੁਬਾਰਾ, ਅਤੇ ਸਿਹਾਰੀਆਂ ਬਿਹਾਰੀਆਂ ਦੇ ਨਾਲ ਕੋਈ ਨਾ ਕੋਈ ਸ਼ਬਦ ਬਣਾਓ ਇੱਕ ਇੱਕ, ਠੀਕ ਹੈ? ਓਕੇ, ਵਟ ਯੂ ਗਾਇਜ਼ ਗੋਨਾ ਡੂ ਫਰੋਮ ਹੋਮ, ਆਈ ਨੀਡ ਟੂ ਵਰਡਸ, ਯਾ ਯੂਜ਼ਿੰਗ ਈਚ ਸਾਈਨ ਜਿਹੜਾ ਹੈਗਾ ਆਪਣਾ, ਠੀਕ ਹੈ? ਸਾਊਂਡ ਇਹ ਸਿੱਖ ਕੇ ਆਇਓ, ਬਹੁਤ ਦੂਰ ਤੱਕ ਸਾਨੂੰ ਦੇਖਦੇ ਹੋ, ਸਾਡੀਆਂ ਹੋਈਆਂ ਗਲਤੀਆਂ ਸਾਨੂੰ ਦੱਸਿਆ ਕਰੋ, ਅਸੀਂ ਹੋਰ ਇੰਪਰੂਵ ਕਰੀਏ। ਹਾਂਜੀ ਪ੍ਰਭਦੀਪ ਜੀ, ਅੱਛਾ ਤੁਸੀਂ ਸਟੈਂਡ ਅਪ ਕਰਕੇ ਇੱਦਾਂ ਕਰਕੇ ਦਿਖਾਉਣਾ ਐਕਸ਼ਨ। ਚਲੋ ਜੀ ਆਓ, ਤੁਹਾਨੂੰ ਆਪਾਂ ਇੱਕ ਐਕਸ਼ਨ ਦਿਖਾਵਾਂਗੇ, ਛੇਤੀ ਹੀ ਦੇਖਣਾ ਨਾ ਭੁੱਲਿਓ, ਸਾਨੂੰ ਦੇਖਦੇ ਰਿਹਾ ਕਰੋ, ਬਹੁਤ ਸੋਹਣੀਆਂ ਚੀਜ਼ਾਂ ਤੁਹਾਨੂੰ ਦਿਖਾਉਂਦੇ ਹਾਂ, ਠੀਕ ਹੈ ਬੱਚਿਓ? ਆਓ ਆਪਾਂ ਇੱਕ ਐਕਸ਼ਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਤੁਹਾਨੂੰ ਸਵਾਗਤ ਕਰਦੇ ਹਾਂ ਹਮਾਰੇ ਪੰਜਾਬੀ ਕਲਾਸ ਵਿੱਚ। ਅੱਜ ਆਪਾਂ ਇੱਕ ਖੇਡ ਕਰੋਗੇ, ਆਪਾਂ ਹੈਡ ਸ਼ੋਲਡਰ ਨੀਜ਼ ਐਂਡ ਟੋਜ਼ ਕਹੋਗੇ, ਪਹਿਲਾਂ ਆਪਾਂ ਇੰਗਲਿਸ਼ ਕਹੋਗੇ, ਫਿਰ ਆਪਾਂ ਪੰਜਾਬੀ 'ਚ। ਚਲੋ ਸ਼ੁਰੂ ਕਰੀਏ, 1 2 3 ਹੈਡ ਸ਼ੋਲਡਰ ਨੀਜ਼ ਐਂਡ ਟੋਜ਼, ਨੀਜ਼ ਐਂਡ ਟੋਜ਼, ਹੈਡ ਸ਼ੋਲਡਰ ਨੀਜ਼ ਐਂਡ ਟੋਜ਼, ਨੀਜ਼ ਐਂਡ ਟੋਜ਼, ਆਈਜ਼ ਐਂਡ ਈਅਰਸ ਐਂਡ ਮਾਉਥ ਐਂਡ ਨੋਜ਼, ਹੈਡ ਸ਼ੋਲਡਰ ਨੀਜ਼ ਐਂਡ ਟੋਜ਼, ਨੀਜ਼ ਐਂਡ ਟੋਜ਼। ਹੁਣ ਆਪਾਂ ਪੰਜਾਬੀ ਕਰੂਗੇ, 1 2 3 ਸੈਰ ਗੋਡੇ ਗੋਡੇ ਪੈਰ ਗੋਡੇ ਪੈਰ, ਸੈਰ ਗੋਡੇ ਗੋਡੇ ਪੈਰ ਗੋਡੇ ਪੈਰ, ਆਈ ਨੱਕ ਗੋਡੇ ਨੱਕ, ਸੈਰ ਗੋਡੇ ਤੇ ਗੋਡੇ ਪੈਰ ਗੋਡੇ ਪੈਰ। ਮੰਨਾ ਦਾ ਤੈਨੂੰ ਬਾਲਾ ਮਜ਼ਾ ਆਇਆ, ਚਲੋ ਮੈਂ ਆਪਾਂ ਤੈਨੂੰ ਦੁਬਾਰਾ ਮਿਲੂੰਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Yeah.